ਤਸਵੀਰਾਂ ਪਿੱਛੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਵੇਂ ਕਈ ਫੁੱਟ ਤੱਕ ਪਾਣੀ ਜਿਹੜਾ ਘੱਟ ਚੁੱਕਿਆ। ਇਹ ਤੁਸੀਂ ਕਿਨਾਰੇ 'ਤੇ ਲੱਗਾ ਨਿਸ਼ਾਨ ਦੇਖੋ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਮੇਰੇ ਕੱਦ ਤੋਂ ਵੀ ਜ਼ਿਆਦਾ ਯਾਨੀ ਕਈ ਫੁੱਟ ਜਿਹੜਾ ਪਾਣੀ ਹੈ ਉਸਦਾ ਪੱਧਰ ਘੱਟ ਚੁੱਕਿਆ, ਕਿਉਂਕਿ ਪੱਥਰਾਂ 'ਤੇ ਲੱਗੇ ਇਹ ਪਾਣੀ ਦੇ ਨਿਸ਼ਾਨ ਆ ਜਿਹੜੇ ਉਹ ਤੁਹਾਨੂੰ ਸਪਸ਼ਟ ਕਰ ਦੇਣਗੇ। ਹਾਲਾਂਕਿ ਹਲੇ ਇੰਨਾ ਕੁ ਪਾਣੀ ਹੈ ਕਿ ਇੱਥੇ ਬੋਟਿੰਗ ਹੋ ਸਕੇ, ਇੱਥੇ ਸ਼ਿਕਾਰੇ ਚੱਲ ਸਕਣ, ਸੈਲਾਨੀ ਥੋੜ੍ਹਾ ਬਹੁਤਾ ਆਨੰਦ ਇੱਥੇ ਮਾਣ ਸਕਣ, ਪਰ ਇਸ ਵੇਲੇ ਜਿਸ ਪੱਧਰ 'ਤੇ ਪਾਣੀ ਘੱਟਦਾ ਜਾ ਰਿਹਾ ਗਰਮੀ ਦੇ ਚੱਲਦਿਆਂ, ਤਾਂ ਕਿਤੇ ਨਾ ਕਿਤੇ ਇਹ ਡਰ ਹੈ, ਖਦਸ਼ਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦਾ ਪੱਧਰ ਹੋਰ ਨੀਵਾਂ ਨਾ ਹੋ ਜਾਵੇ। ਤਾਂ ਸੈਲਾਨੀ, ਕਿਉਂਕਿ ਇਸ ਵੇਲੇ ਛੁੱਟੀਆਂ ਚੱਲ ਰਹੀਆਂ ਨੇ, ਤਾਂ ਦੂਰੋਂ ਦੂਰੋਂ ਦੇਸ਼ ਭਰ ਦੇ ਵਿੱਚੋਂ ਲੋਕ ਚੰਡੀਗੜ੍ਹ ਆਉਂਦੇ ਨੇ। ਤਾਂ ਜਿਹੜਾ ਵੀ ਕੋਈ ਚੰਡੀਗੜ੍ਹ ਆਉਂਦਾ ਤਾਂ ਸੁਖਨਾ ਝੀਲ, ਸੁਖਨਾ ਲੇਕ ਦਾ ਆਨੰਦ ਜ਼ਰੂਰ ਮਾਨਣਾ ਚਾਹੁੰਦਾ। ਤਾਂ ਫਿਲਹਾਲ ਤੁਸੀਂ ਦੇਖੋ ਕਿ ਇੰਨੇ ਦਿਨਾਂ ਦੇ ਵਿੱਚ ਇਹ ਪਾਣੀ ਦਾ ਪੱਧਰ ਆ ਜਿਹੜਾ ਉਹ ਕਈ ਫੁੱਟ ਹੇਠਾਂ ਜਾ ਚੁੱਕਿਆ, ਪਰ ਸੈਲਾਨੀ ਤਾਂ ਖੈਰ ਹਲੇ ਆ ਰਹੇ ਨੇ, ਕਿਉਂਕਿ ਹਲੇ ਪਾਣੀ ਇੰਨਾ ਕੁ ਜ਼ਰੂਰ ਹੈਗਾ ਕਿ ਇੱਥੇ ਬੋਟਿੰਗ ਹੋ ਸਕੇ, ਸ਼ਿਕਾਰੇ ਚੱਲ ਸਕਣ। ਪਰ ਜੇ ਇਸੇ ਤਰ੍ਹਾਂ ਗਰਮੀ ਵੱਧਦੀ ਗਈ, ਇਸੇ ਤਰ੍ਹਾਂ ਪਾਣੀ ਦਾ ਪੱਧਰ ਘਟਦਾ ਗਿਆ, ਤਾਂ ਕਿਤੇ ਇਸ ਸੁਖਨਾ ਝੀਲ ਦੀ ਝੀਲ ਦਾ ਜਿਹੜਾ ਸੁਹੱਪਣ ਹੈ ਉਹ ਘੱਟ ਨਾ ਪੈ ਜਾਵੇ। ਤਾਂ ਅੱਗੇ ਵੀ ਪਿਛਲੇ ਸਾਲਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਘਟਦਾ, ਤਾਂ ਫਿਲਹਾਲ ਇਹ ਤਸਵੀਰ ਹੈ ਸੁਖਨਾ ਝੀਲ ਦੀ ਜਿੱਥੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ। ਕੀ ਨਾਂ ਤੁਹਾਡੇ, ਕਿੱਥੋਂ ਆਏ ਸੀ? ਅਸੀਂ ਫਤਿਹਗੜ੍ਹ ਸਾਹਿਬ ਤੋਂ ਆਏ ਹਾਂ। ਹਾਂਜੀ, ਹੁਣ ਘੁੰਮਣ ਆਏ ਸੀਗੇ, ਹੁਣ ਦੇਖਿਆ ਕਿ ਪਾਣੀ ਇੱਥੇ ਬਹੁਤ ਜ਼ਿਆਦਾ ਘੱਟ ਗਿਆ, ਪਹਿਲਾਂ ਕਾਫੀ ਜ਼ਿਆਦਾ ਹੁੰਦਾ ਸੀਗਾ, ਹੁਣ ਪਾਣੀ ਬਹੁਤ ਜ਼ਿਆਦਾ ਘੱਟ ਗਿਆ ਇੱਥੇ। ਅੱਛਾ, ਅੱਗੇ ਵੀ ਆਉਣੇ ਹੋ, ਕਿੱਦਾਂ ਦਾ ਲੱਗਦਾ ਇੱਥੇ? ਵੈਸੇ ਗਰਮੀ ਬਹੁਤ ਵੱਧ ਗਈ ਹੁਣ ਤਾਂ। ਹਾਂਜੀ, ਗਰਮੀ ਦਾ ਤਾਂ ਬਹੁਤ ਜ਼ਿਆਦਾ ਹੈ, ਗਰਮੀ ਬਹੁਤ ਹੋ ਗਈ ਹੈ। ਹਾਂਜੀ, ਮਤਲਬ ਬੱਚਿਆਂ ਨੂੰ ਲੈ ਕੇ ਆਏ ਹਾਂ, ਗਰਮੀ 'ਚ ਚਲੋ ਬੱਚੇ ਘੁੰਮ ਲੈਂਦੇ ਆ ਨਾ, ਅਤੇ ਉਹਦੇ ਕਰਕੇ, ਪਰ ਹੁਣ ਦੇਖਿਆ ਕਿ ਪਾਣੀ ਜਿਹੜਾ ਬਹੁਤ ਜ਼ਿਆਦਾ ਸਤਰ ਇਹਦਾ ਘੱਟ ਗਿਆ, ਪਹਿਲਾਂ ਆਉਂਦੇ ਸੀਗੇ ਥੋੜ੍ਹਾ ਵਧੀਆ ਹੁੰਦਾ ਸੀਗਾ, ਹੁਣ ਗਰਮੀ ਵੱਧ ਚੁੱਕੀ ਹੈ, ਮਤਲਬ ਪਾਣੀ ਦਾ ਸਤਰ ਵੀ ਕਾਫੀ ਘੱਟ ਗਿਆ। ਜੀ, ਮੇਰਾ ਨਾਮ ਗੁਰਪ੍ਰਤਾਪ ਹੈ, ਅਸੀਂ ਫਤਿਹਗੜ੍ਹ ਸਾਹਿਬ ਤੋਂ ਆਏ ਹਾਂ। ਅਸੀਂ ਉਰੇ ਘੁੰਮਣ ਆਏ ਹਾਂ ਚੰਡੀਗੜ੍ਹ, ਪਹਿਲਾਂ ਅਸੀਂ ਉਰੇ ਆਏ ਹਾਂ, ਫਿਰ ਅਸੀਂ ਅੱਗੇ ਵੀ ਜਾਣਾ ਹੈ ਘੁੰਮਣ ਹੋਰ। ਉਰੇ ਦੇਖਿਆ ਤਾਂ ਬਹੁਤ ਅੱਛੀ ਸੀਨਰੀ ਹੈ ਉਰੇ ਦੀ, ਕਾਫੀ ਮਜ਼ਾ ਆਉਂਦਾ ਉਰੇ ਦੇਖਣ ਨੂੰ, ਫੋਟੋ ਵਾਸਤੇ ਫੋਟੋਗ੍ਰਾਫੀ ਬਹੁਤ ਅੱਛੀ ਹੁੰਦੀ ਹੈ ਅਤੇ ਕਾਫੀ ਮਜ਼ਾ ਆ ਰਿਹਾ। ਅੱਛਾ, ਪਹਿਲਾਂ ਵੀ ਆਏ ਸੀਗੇ, ਪਾਣੀ ਦਾ ਕਿੰਨਾ ਫਰਕ ਲੱਗਦਾ ਹੁਣ? ਪਾਣੀ ਦਾ ਕਾਫੀ ਫਰਕ ਪੈ ਚੁੱਕਿਆ ਜੀ, ਪਹਿਲਾਂ ਬਹੁਤ ਜ਼ਿਆਦਾ ਹੁੰਦਾ ਤਾ ਪਰ ਹੁਣ ਬਹੁਤ ਘੱਟ ਗਿਆ ਜੀ। ਪਵਨ ਸ਼ਰਮਾ ਜੀ, ਵਧੀਆ ਪਵਨ ਸ਼ਰਮਾ, ਮੈਂ ਸੀ ਜੀ ਆਏ ਸਟੋਲ। ਹਾਂਜੀ ਹਾਂਜੀ, ਕੀ ਨਾਂ ਜੀ ਤੁਹਾਡਾ? ਕਿੱਥੋਂ? ਮੇਰਾ ਨਾਂ ਪਵਨ ਕੁਮਾਰ ਸ਼ਰਮਾ ਜੀ, ਫਰੀਦਕੋਟ ਤੋਂ ਆਏ ਹਾਂ। ਬਾਕੀ ਇੱਥੇ ਅੱਗੇ ਤਾਂ ਪਾਣੀ ਬਹੁਤ ਹੁੰਦਾ ਸੀ, ਹੁਣ ਤਾਂ ਪਾਣੀ ਕਾਫੀ ਘੱਟ ਹੈ, ਪਰ ਰੌਣਕ ਦੇਖਣ ਆਏ ਹਾਂ ਜੀ ਇੱਥੋਂ ਦੀ, ਬਹੁਤ ਵਧੀਆ ਲੱਗਿਆ ਘੁੰਮ ਫਿਰ ਕੇ ਸਾਨੂੰ। ਅੱਛਾ, ਮੌਸਮ ਦੇ ਹਿਸਾਬ ਨਾਲ ਕਿੰਨਾ ਫਰਕ ਲੱਗਦਾ ਗਰਮੀ? ਮੌਸਮ ਦੇ ਹਿਸਾਬ ਨਾਲ ਗਰਮੀ ਤਾਂ ਹੈਗੀ ਹੈ ਜੀ।